ਤੁਸੀਂ ਪਹਿਲਾਂ ਕਦੇ ਜਿਹੜੇ ਮੁੱਖ ਮੰਤਰੀ ਸੀ ਮਹਿਲਾਂ 'ਚੋਂ ਨਿਕਲਦੇ ਦੇਖੇ ਹੀ ਨਹੀਂ ਸੀ, ਹੁਣ ਦਰਿਆਵਾਂ ਦੇ ਕਿਨਾਰੇ 'ਤੇ ਗਾਰਡ ਆਫ ਆਨਰ ਚੱਲ ਰਹੇ ਨੇ ਜੀ। ਇਹਦਾ ਮਤਲਬ ਅਸੀਂ ਲੋਕਾਂ ਨਾਲ ਜੁੜੇ ਹੋਏ ਹਾਂ, ਅਸੀਂ ਇੱਥੋਂ ਹੀ ਤਾਂ ਨਿਕਲੇ ਹਾਂ ਦਰਿਆਵਾਂ ਦੇ ਕਿਨਾਰਿਆਂ 'ਤੇ। ਅੱਜ ਜੋ ਉਦਘਾਟਨ ਕੀਤਾ ਹੈ ਇਹ ਪਬਲਿਕ ਮਾਈਨ ਕਹਿੰਦੇ ਆ ਇਹਨਾਂ ਨੂੰ, ਜਿੱਥੋਂ 5.5 ਰੁਪਈਏ ਪਰ ਫੀਟ ਤੁਸੀਂ ਆਪਣੀ ਟਰਾਲੀ ਲਿਆ ਕੇ ਉੱਥੋਂ ਦੇਵਤਾ ਲੈ ਕੇ ਜਾ ਸਕਦੇ ਹੋ। ਔਰ ਇਹ ਲਗਭਗ 17 ਹੈਕਟੇਅਰ ਜਗ੍ਹਾ ਦੀ ਮਾਈਨ ਹੈ, ਵੱਡੀ ਮਾਈਨ, ਬਹੁਤ 17 ਹੈਕਟੇਅਰ ਦਾ ਮਤਲਬ ਹੋ ਗਿਆ 42.5 ਕਿੱਲੇ। ਔਰ 20 ਖੱਡਾਂ ਅੱਜ ਐਟ ਏ ਟਾਈਮ 'ਤੇ ਚੱਲ ਪਈਆਂ ਨੇ, ਫਿਰੋਜ਼ਪੁਰ 'ਚ, ਲੁਧਿਆਣਾ 'ਚ, ਇਹ ਮੋਗਾ ਹੋ ਗਿਆ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ। ਟੋਟਲ 55 ਹੋ ਗਈਆਂ ਹੁਣ ਤੱਕ ਇਹ ਪਬਲਿਕ ਮਾਈਨਸ। ਅਸੀਂ ਗਰੰਟੀ ਵੀ ਦਿੱਤੀ ਸੀ ਕਿ ਅਸੀਂ ਮਾਫੀਆ ਤੋੜਾਂਗੇ, ਥੋੜ੍ਹਾ ਜਿਹਾ ਟਾਈਮ ਲੱਗ ਗਿਆ ਪਰ ਰੇਤ ਮਾਫੀਆ ਜਿਹੜਾ ਉਹ ਆਲਮੋਸਟ ਖਤਮ ਹੋ ਗਿਆ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਨਾਲ ਟਰੈਕਟਰਾਂ ਨੂੰ ਕੰਮ ਮਿਲਦਾ ਹੈ, ਮਜ਼ਦੂਰਾਂ ਨੂੰ ਕੰਮ ਮਿਲਦਾ। 1000 ਰੁਪਇਆ ਇੱਕ ਦਿਨ ਦਾ ਲਗਭਗ ਇੱਕ ਮਜ਼ਦੂਰ ਜਿਹੜਾ ਉਹ ਲੈ ਕੇ ਆਪਣੇ ਘਰ ਜਾਂਦਾ। ਹੁਣ ਤੱਕ ਆਪਣਾ 5 ਕਰੋੜ ਇਕੱਲੀ ਲੇਬਰ ਦਾ ਕਮਾਈ ਹੋ ਚੁੱਕੀ ਹੈ ਅਤੇ ਇਹੀ ਸਾਡਾ ਵਾਅਦਾ ਸੀ। ਜਿਹੜੀ ਚੀਜ਼ ਪਹਿਲਾਂ ਬਲੈਕ 'ਚ ਮਿਲਣ ਲਾਤੀ ਸੀ ਇਹਨਾਂ ਨੇ, ਅਸੀਂ ਉਹਨੂੰ ਆਮ ਕਰ ਰਹੇ, ਅਤੇ ਜਿਹੜੀ ਇਹਨਾਂ ਨੇ ਆਮ ਮਿਲਣ ਲਾਤੀ ਸੀ ਉਹ 'ਤੇ ਅਸੀਂ ਪਾਬੰਦੀ ਲਾ ਦਿੱਤੀ ਚਿੱਟੇ ਨੇ।